ਵਧੀਆ ਉਹ ਰਹੇਗਾ ਜੀ ਕਾਂਗਰਸ ਦਾ ਕਿਉਂਕਿ ਜਿਹੜਾ ਤੁਸੀਂ ਦੇਖਿਆ ਪਿਛਲੇ 5 ਸਾਲ ਇੱਥੇ ਉਹਨਾਂ ਦੇ ਟਾਈਮ 'ਚ ਕੰਮ ਹੋਏ ਨੇ ਜਾਂ ਕੀ ਲੋਕਾਂ ਦੀ ਉਹ ਹੈਗੀ ਗ੍ਰੀਵੈਂਸੀਜ ਹੈਗੀਆਂ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਪਤਾ ਹੈ ਅਤੇ ਜਿਹੜੀ ਪਟਿਆਲਾ ਸੀਟ ਹੈ ਇਹ ਕਾਂਗਰਸ ਪਾਰਟੀ ਜਿੱਤੇ ਵਿਕਾਸ ਦੀ ਗੱਲ ਕਰੀਏ ਕਹਿੰਦੇ 1000 ਕਰੋੜ ਰੁਪਏ ਦਾ ਵਿਕਾਸ ਹੋਇਆ ਹਾਂਜੀ ਕਿ ਉਹ ਕੈਪਟਨ ਦੇ ਖਾਤੇ ਜਾਏਗਾ ਕਿ ਕਾਂਗਰਸ ਦੇ ਖਾਤੇ ਜਾਏਗਾ ਉਹ ਸਾਰੀਆਂ ਗੱਲਾਂ ਮੈਨੂੰ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਪਤਾ ਹੈ ਜਿਹੜਾ ਵਿਕਾਸ ਹੋਇਆ ਇਹਨਾਂ ਦੇ ਕੈਪਟਨ ਸਾਹਿਬ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਸਾਰਾ ਲੋਕਾਂ ਨੂੰ ਪਤਾ ਹੈ ਤੁਹਾਨੂੰ ਪੱਤਰਕਾਰਾਂ ਨੂੰ ਜ਼ਿਆਦਾ ਮੇਰੇ ਨਾਲੋਂ ਪਤਾ ਸ਼ਰਮਾ ਜੀ ਕੀ ਇਹੋ ਜਿਹਾ ਹੋ ਗਿਆ ਤੁਸੀਂ ਜਿਹੜਾ ਅਕਾਲੀ ਦਲ ਛੱਡਤੀ ਕਿ ਤੁਸੀਂ ਤੰਗ ਸੀ ਕਿ ਤੁਹਾਨੂੰ ਟਿਕਟ ਨਹੀਂ ਮਿਲੀ ਨਹੀਂ ਜੀ ਅਸੀਂ ਆਪਣੀ ਘਰ ਵਾਪਸੀ ਕੀਤੀ ਹੈ ਮਾਂ ਪਾਰਟੀ ਹੈ ਸਾਡੀ ਅਕਾਲੀ ਦਲ ਟਿਕਟ ਨਹੀਂ ਮਿਲੀ ਇਸ ਕਰਕੇ ਨਹੀਂ ਕੋਈ ਇਹ ਜੀ ਟਿਕਟ ਕਾਂਗਰਸ ਚਾਹੇ ਉਹ ਟਿਕਟ ਦੇ ਉਸ ਚਾਹੇ ਉਹ ਕੰਪਰੋਮਾਈਜ਼ ਜਿਹੜਾ ਤੁਹਾਨੂੰ ਦੱਸ ਰਹੇ ਵੀ ਅਕਾਲੀ ਦਲ ਅਸੀਂ ਛੱਡਿਆ ਸੀ ਆਪਣੀ ਮਾਂ ਪਾਰਟੀ 'ਚ ਆਏ ਕਿਉਂਕਿ ਮੈਂ ਪਹਿਲਾਂ ਵੀ ਜਿਹੜਾ ਮੇਅਰ ਵੀ ਰਿਹਾ ਮੈਂ ਕਾਂਗਰਸ ਪਾਰਟੀ ਦੇ ਨੇ ਮੈਨੂੰ ਮੇਅਰ ਬਣਾਇਆ ਸੀ ਔਰ ਕੁਝ ਕਾਰਨਾਂ ਕਰਕੇ ਅਸੀਂ ਉੱਧਰ ਚਲੇ ਗਏ ਪਰ ਅੱਜ ਜਿਹੜੇ ਕਾਂਗਰਸ ਪਾਰਟੀ ਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਿੱਧੂ ਸਾਹਿਬ ਇਹਨਾਂ ਨੇ ਪੰਜਾਬ ਮਾਡਲ ਕਹਿ ਰਹੇ ਔਰ ਜਿਹੜੇ CM ਸਾਹਿਬ ਸਾਡੇ ਚੰਨੀ ਸਾਹਿਬ ਹੈ ਉਹ ਦੇਖ ਰਹੇ ਤੁਸੀਂ ਦੇਖ ਰਹੇ ਪੰਜਾਬ ਦੇ ਅੰਦਰ ਜੋ ਉਹਨਾਂ ਨੇ ਇਹ ਪਿਛਲੇ 111 ਦਿਨਾਂ ਦੇ ਅੰਦਰ ਕੀਤਾ ਉਹ ਪਿਛਲੇ 4.5 ਸਾਲਾਂ ਦੇ ਅੰਦਰ ਵੀ ਨਹੀਂ ਹੋਇਆ ਪੰਜਾਬ ਦੇ ਅੰਦਰ ਲੋਕ ਅੱਜ ਕਾਂਗਰਸ ਪਾਰਟੀ ਨੂੰ ਚਾਹ ਰਹੇ ਨੇ ਦੁਬਾਰਾ ਲੋਕ ਇਹ ਚਾਹੁੰਦੇ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਸ਼ਰਮਾ ਜੀ ਸਿੱਧੂ ਨੇ ਤੁਹਾਨੂੰ ਜੁਆਇਨ ਕਰਾਇਆ ਹਾਂਜੀ ਬੋਲੋ ਤੁਹਾਨੂੰ ਕੋਈ ਆਸ਼ਵਾਸਨ ਦਵਾਇਆ ਗਿਆ ਵੀ ਦੇਖੋ ਕਿ ਸਿਰਫ ਮੈਂ ਕਿਹਾ 28 ਦਿਨ ਰਹਿ ਗਏ ਸਿਰਫ ਚੋਣਾਂ ਮੈਂ ਕਿਹਾ ਗੱਲ ਇਹ ਹੈ ਵੀ ਜੋ ਵੀ ਕਾਂਗਰਸ ਪਾਰਟੀ ਮੇਰੀ ਜ਼ਿੰਮੇਵਾਰੀ ਲਾਏਗੀ ਮੈਂ ਕਾਂਗਰਸ ਪਾਰਟੀ ਜੁਆਇਨ ਕਰ ਹੋਰ ਉਮੀਦਵਾਰ ਆਉਂਦਾ ਤੁਸੀਂ ਪੂਰੀ ਮਦਦ ਕਰੋ ਮੈਂ ਕਿਹਾ ਜੋ ਮੈਨੂੰ ਕਾਂਗਰਸ ਪਾਰਟੀ ਜ਼ਿੰਮੇਵਾਰੀ ਲਾਏਗੀ ਮੈਂ ਉਹ ਕੰਮ ਕਰ ਕਾਂਗਰਸ ਦਾ ਜਿਹੜਾ ਗ੍ਰਾਫ ਹੈ ਪਟਿਆਲਾ ਦੇ ਵਿੱਚ ਹਾਂਜੀ ਬਿੱਟੂ ਮੇਰ ਦੇ ਨਾਲ ਜਿਵੇਂ ਕਿਹਾ ਪਹਿਲਾਂ ਲਾਲੀ ਜੀ ਨਾਲ ਮੈਂ ਗੱਲ ਕੀਤੀ 25 ਦੇ ਕਰੀਬ ਜਿਹੜੇ ਕਾਂਗਰਸ ਸੀ ਉਹਨਾਂ ਨਾਲ ਚਲੇ ਗਏ ਹਾਂਜੀ ਆਮ ਆਦਮੀ ਪਾਰਟੀ ਦੀ ਵੀ ਆਪਣੇ ਆਪ ਦੇ ਵਿੱਚ ਇੱਕ ਹੋਂਦ ਬਣੀ ਹੋਈ ਹੈ ਪਟਿਆਲਾ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਕਾਂਗਰਸ ਕਿੱਥੇ ਸਟੈਂਡ ਕਰ ਰਹੀ ਹੈ ਕਾਂਗਰਸ ਪਾਰਟੀ ਸੀਟ ਪਟਿਆਲੇ ਦੀ ਜਿੱਤੇਗੀ ਬਹੁਤ ਵੱਡੇ ਮਾਰਜਨ ਨਾਲ ਜਿੱਤੇਗੀ ਔਰ ਜਿਹੜੇ ਤੁਸੀਂ ਕੌਂਸਲਰ ਵੀ ਕਹਿ ਰਹੇ ਹੋ ਜਿਹੜੇ ਹੋਰ ਵੀ ਵਰਕਰ ਹੈਗੇ ਨੇ ਉਹ ਕਾਂਗਰਸ ਪਾਰਟੀ 'ਚ ਆਉਣਗੇ ਜਿਹੜੇ ਉੱਧਰ ਵੀ ਹੈਗੇ ਵਾਪਸ ਆਉਣਗੇ ਬਿਲਕੁਲ ਜੀ ਜੇ ਉਧਰੋਂ ਕੈਪਟਨ ਸਾਹਿਬ ਖੜੇ ਹੁੰਦੇ ਆ ਹਾਂਜੀ ਕਿਹੋ ਜਿਹਾ ਮੁਕਾਬਲਾ ਮੰਨੋਗੇ ਉਹਨਾਂ 'ਚ ਮੰਨੋਗੇ ਆਪਣਾ ਮੁਕਾਬਲਾ ਜਾਂ ਆਪ ਨਾਲ ਮੰਨੋਗੇ ਇਹ ਤਾਂ ਜਿਹੜੇ ਤੁਹਾਨੂੰ ਦੱਸਿਆ ਤੁਹਾਨੂੰ ਟਾਈਮ ਦੱਸੇਗਾ ਕੈਪਟਨ ਸਾਹਿਬ ਆਉਂਦੇ ਨੇ ਜਾਂ ਕੋਈ ਵੀ ਆਉਂਦਾ ਕਾਂਗਰਸ ਪਾਰਟੀ ਜਿਹਨੂੰ ਵੀ ਸੇਵਾ ਕਰਨ ਦਾ ਮੌਕਾ ਦੇਗੀ ਫਿਰ ਉਹ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਵੀ ਕਾਂਗਰਸ ਪਾਰਟੀ ਸੀਟ ਹੈ ਜਿਹੜੀ ਕਾਂਗਰਸ ਪਾਰਟੀ ਜਿੱਤੇਗੀ ਤੁਹਾਨੂੰ ਮੈਂ ਇਸ ਗੱਲ ਦਾ ਆਸ਼ਵਾਸਨ ਦਿੰਦਾ ਕਿਉਂਕਿ ਲੋਕਾਂ ਦੇ ਅੰਦਰ ਉਤਸ਼ਾਹ ਹੈ ਹੁਣ ਲੋਕ ਚਾਹੁੰਦੇ ਨੇ ਵੀ ਕਾਂਗਰਸ ਸਾਹਿਬ ਹੀ ਦੁਬਾਰਾ ਕਿਉਂਕਿ ਜਿਹੜਾ ਸਾਡੇ CM ਸਾਹਿਬ ਚੰਨੀ ਸਾਹਿਬ ਕੰਮ ਕਰ ਰਹੇ ਨੇ 111 ਦਿਨਾਂ ਨਾਲ ਸਾਡੇ ਕਾਂਗਰਸ ਦੇ ਪ੍ਰਧਾਨ ਸਿੱਧੂ ਸਾਹਿਬ ਜਿਹੜਾ ਪੰਜਾਬ ਮਾਡਲ ਦੀ ਗੱਲ ਕਰ ਰਹੇ ਨੇ ਉਹ ਸਾਰੀਆਂ ਗੱਲਾਂ ਕਰਕੇ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਪੰਜਾਬ ਦੇ ਅੰਦਰ ਦੁਬਾਰਾ ਕਾਂਗਰਸ ਪਾਰਟੀ ਆ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਹੁਣ ਤੋਂ 1.5 ਘੰਟਾ ਪਹਿਲਾਂ ਸ਼੍ਰੀ ਵਿਸ਼ਨੂੰ ਸ਼ਰਮਾ ਜੀ ਦੀ ਟਿਕਟ ਅਨਾਊਂਸ ਕਰਤੀ ਸ਼੍ਰੀ ਵਿਸ਼ਨੂੰ ਸ਼ਰਮਾ ਜੀ ਹੁਣੇ ਤੋਂ ਇਲੈਕਸ਼ਨ ਪਟਿਆਲੇ ਕੰਟੈਸਟ ਕਰ ਰਹੇ ਨੇ ਪਟਿਆਲੇ ਦਿਹਾਤੀ ਦੇ ਵਿੱਚ ਵੀ ਜਿਹੜਾ ਹੈਗਾ ਕਿ ਤੁਸੀਂ ਸਾਥ ਕਾਂਗਰਸ ਦਾ ਸਾਥ ਦੋਗੇ ਅਗਰ ਦਿਹਾਤ ਬ੍ਰਹਮਿੰਦਰਾ ਦੇ ਬੇਟੇ ਨੂੰ ਮੋਹਿੰਦਰਾ ਨੂੰ ਜਿਹੜੀ ਟਿਕਟ ਦਿੱਤੀ ਗਈ 21 ਤਰੀਕ ਨੂੰ ਇੱਕ ਮੀਟਿੰਗ ਰੱਖੀ ਹੈ ਡਿਸਟ੍ਰਿਕਟ ਕਾਂਗਰਸ ਕਮੇਟੀ ਉਹਦੇ 'ਚ ਡਿਸਾਈਡ ਹੋਏਗਾ ਜੀ ਕੀ ਡਿਸਾਈਡ ਹੋਏਗਾ ਜੀ ਉਹ ਸਾਰੇ ਵਰਕਰ ਸਾਰੇ ਦੋਸਤ ਸਾਰੇ ਕੌਂਸਲਰ ਸਾਰੇ ਬੈਕ ਕਰਨੀ ਹੈ ਜਾਂ ਨਹੀਂ ਕਰਨੀ ਹੈ ਜਾਂ ਨਹੀਂ ਕਰਨੀ ਨਾਲੇ ਸਾਡੇ 86 ਸੀਟਾਂ ਦੇ ਐਲਾਨ ਤੋਂ ਬਾਅਦ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਾਕੀ ਸੁਰ ਵੀ ਉੱਠੇ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਰੌਲਾ ਵੀ ਪਿਆ ਤੁਹਾਨੂੰ ਕੀ ਲੱਗਦਾ ਵੀ ਹੁਣ ਪੋਜੀਸ਼ਨ ਕੀ ਹੈ ਪੰਜਾਬ ਦੀ ਇਸ ਟਾਈਮ ਕਾਂਗਰਸ ਦੀ पंजाब में कांग्रेस जो है यहाँ पे कांग्रेस नेतृत्व के बहुत मजबूत है और जिस तरह से अभी ये टिकटें अनाउंस हुई हैं और आप देख रहे हैं कि इसमें जो मुझे लगता है 100% बहुत सभी लोग जो है बहुत बड़े मार्जिन के साथ जीत कर आएंगे और मैं समझता हूँ कि आने वाले समय में जो बाकी टिकटें रह गई हैं वो भी जल्द ही अनाउंस हो जाएगी और कांग्रेस का कार्यकर्ता पूरे दमखम के साथ फिर से पंजाब में कांग्रेस की सरकार बनाने के लिए उत्सुक है सनौर की गल करिए सनौर हलका दे विच लाल सिंह ने एक मीटिंग 20 तरीक नु रख ली है कांग्रेस की सीट रही है कितना कितने नुकसान होंदे जिहड़े ने वो बने हुए ने असर उस तुहाडा की मनना है कि किदां तुसीं उन्हां नु मनाओगे लाल सिंह जी नहीं लाल सिंह जी कांग्रेस के वरिष्ठ नेता हैं और वो कांग्रेस के लिए उनके विधानसभा से जो वहाँ से उनके जो सपुत्र हैं वर्तमान विधायक हैं वो वहाँ से चुनाव लड़ रहे हैं लाल सिंह जी वो सिर्फ सनौर के ही नहीं पूरे पटियाला ज़िले में जहाँ उनका प्रभाव है वो हर जगह जो है कांग्रेस को मजबूत करने के लिए कांग्रेस के प्रत्याशियों को जिताने के लिए अपना पूर्ण सहयोग कर रहे हैं और करेंगे भी शतराना सीट पे भी कैंडिडेट नहीं मिल रहा है कांग्रेस को ऐसा नहीं है शतराना मैं आपकी बात से सहमत नहीं हूँ शतराना सीट में आपकी जानकारी के लिए मैं कह दूँ कि शतराना सीट में एक नहीं है इस समय 4-4 उम्मीदवार हैं और सभी बहुत प्रबल उम्मीदवार हैं सभी बिल्कुल साथ होगा और
बहुत जल्दी वहाँ पे ऐलान होगा। और आप जानते हैं कि वहाँ से बहुत वरिष्ठ कांग्रेस के जो लोग हैं वो शतराना सीट से टिकट के लिए पूरा वहाँ पे आप अपना पक्ष जो है कांग्रेस नेतृत्व के सामने रख रहे हैं। देखो जी, जग जाहिर है, विष्णु शर्मा ईमानदार आदमी है, साढ़ा 5 साल पटियाले का सब तो पहला मेयर रहे, ईमानदार आदमी है, कोई उहदे ते सपोर्ट नहीं है। जदों कोई ईमानदार आदमी किसी दागी बंदे नाल लड़दा सारी दुनिया नूं पता है, उन्हें एक तरफ होकर सारे पटियाले ने विष्णु शर्मा ने वोटा पा के जिहड़ी 54,000 ते लोकी जितते सी, हुण 60,000 दे उत्ते विष्णु शर्मा जितेगा।